ਸਰੋਤਨ ਸੋ ਸਾਥੀਓ ਅੱਜ ਅਸੀਂ ਪਹੁੰਚੇ ਹਾਂ ਹਰਮਨ ਪ੍ਰਾਣਾ ਵਾਲੀ ਜਿੱਥੇ ਕਿ ਲੰਬੇ ਸਮੇਂ ਤੋਂ ਕਿਸਾਨ ਯੂਨੀਅਨ ਅਗਰਾਹ ਵੱਲੋਂ ਧਰਨਾ ਲੱਗਿਆ ਹੋਇਆ ਹੈ। ਸੋ ਇੱਕ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ ਉਹ ਸਾਹਮਣੇ ਥਰਮਲ ਪਲਾਂਟ ਹੈ ਅਤੇ ਥਰਮਲ ਪਲਾਂਟ ਦੇ ਰਸਤਾ ਛੱਡ ਕੇ ਇਹਨਾਂ ਨੇ ਜਿਹੜੀ ਜਥੇਬੰਦੀ ਕਿਸਾਨ ਜਥੇਬੰਦੀ ਹੈ ਇਹ ਲੰਬੇ ਸਮੇਂ ਤੋਂ ਇੱਥੇ ਜਿਹੜੇ ਬਿੱਲਾਂ ਦੇ ਵਿਰੋਧ ਕਰ ਰਹੇ ਨੇ ਇਹ ਬਿੱਲਾਂ ਦੇ ਵਿਰੋਧ ਦੇ ਵਿੱਚ ਹੀ ਇੱਥੇ ਧਰਨਾ ਲੱਗਿਆ ਹੋਇਆ ਹੈ ਅਤੇ ਆਪਾਂ ਦੇਖਾਂਗੇ ਵੀ ਇਹਨਾਂ ਜਿਹੜੇ ਕਾਨੂੰਨ ਲੀਡਰ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸੋ ਆਓ ਆਪਾਂ ਇਹ ਕਾਨੂੰਨ ਲੀਡਰਾਂ ਦੇ ਨਾਲ ਆਪਾਂ ਉਹਨਾਂ ਦੇ ਵਿਚਾਰ ਸੁਣੀਏ। ਸਾਡੇ ਮੰਦੀ ਯਾਰ ਆਹ ਵਿਚਾਰ ਹੈ ਸਾਡੇ ਕਿਉਂਕਿ ਜੋ ਇਹ ਅਸੀਂ ਕੋਵਿਡ ਕਰਾਣੇ ਹੈਗੇ ਉਹ ਇੱਥੇ ਆ ਕੇ ਤੁਹਾਡੇ ਮੌਲ ਖੋਲਣਾ ਚਾਹੁੰਦੇ ਹੈ ਪਰ ਮੌਲ ਨਾਲ ਨਹੀਂ ਲੋੜ ਦੀ ਮੌਲ ਤਾਂ ਸਾਡੇ ਹਰੇਕ ਪਿੰਡ ਦੇ ਵਿੱਚ ਪੰਚਾਇਤੀ ਜ਼ਮੀਨ ਪਈ ਹੈ ਤੇ ਜਿਹੜੇ ਸੁਣ ਰਹੇ ਨੇ ਉਹਨੇ ਡਾਇਰਾਂ ਵਗੈਰਾ ਯੋਗਿਆਂ ਨੇ ਵਗੈਰਾ ਜੋੜਕੀਆਂ ਲਾਏ ਸਾਡੇ ਪਿੰਡ ਦੇ ਨਾਲ ਪਰ ਉਹ ਸੁਣਿਆ ਅਧਿਕਾਰ ਸਾਡੀ ਪੰਜਾਬ ਸਰਕਾਰ ਦਾ ਜਾਂ ਸਾਡਾ ਲੋਕਾਂ ਦਾ ਹੋਵੇ ਜੇ ਸਾਡੇ ਖੇਤ ਲੱਗੇ ਤਾਂ ਉਹ ਅਧਿਕਾਰ ਸਾਡਾ ਹੋਵੇ ਸਰਕਾਰ ਲਾਵੇ ਅਸੀਂ ਜਿਹੜਾ ਦਿੰਦੇ ਹਾਂ ਪਰ ਉਸ ਤੋਂ ਇੰਨਾ ਕਿ ਉਹ ਹੱਕ ਹੋਵੇਗਾ ਨਹੀਂ ਹੱਕ ਸਾਡੇ ਹੋਊਗਾ ਸਾਨੂੰ ਉਹ ਚੀਜ਼ਾਂ ਲੈਣ ਅਸੀਂ ਲੈਣ ਨੂੰ ਤਿਆਰ ਹਾਂ ਉਹ ਸਿਸਟਮ ਲੈਣ ਨੂੰ ਤਿਆਰ ਹਾਂ ਪਰ ਅਧਿਕਾਰ ਸਾਡਾ ਜ਼ਿਮੀਂਦਾਰ ਦਾ ਹੀ ਹੋਵੇ ਉਹਨਾਂ ਦਾ ਕੋਈ ਅਧਿਕਾਰ ਨਾ ਹੋਵੇ। ਦੋਸਤੋ ਮੇਰੇ ਭੈਣੋ ਤੇ ਭਰਾਵੋ ਮੈਂ ਬਾਹਰ ਕਹਿਣ ਲੱਗਾ ਗੁਰੂ ਦੇ ਸਿੰਘ ਦੀ ਕਿ ਜਨਰਲ ਡਾਇਰ ਸਰਦਾਰ ਊਧਮ ਸਿੰਘ ਨੇ ਜਾ ਕੇ ਲੰਡਨ ਦੇ ਵਿੱਚ ਬਦਲਾ ਲਿੱਤਾ ਸੀ ਮੈਂ ਉਹ ਬਾਤ ਕਹਿਣ ਲੱਗਿਆ ਧਿਆਨ ਦੇਣਾ। ਇੱਕ ਮਾਨ ਜੋਦਾ ਜੰਮਿਆ ਸੀ ਊਧਮ ਸਿੰਘ ਜਵਾਨ ਹੋਣੇ ਗੋਰਿਆਂ ਦਾ ਮੂਰਤਾ ਆਉਣੇ ਗੋਰਾਂ ਦਾ ਮੋੜਤਾ ਤੇ ਤੂੰ ਲਈ ਤਲਵਾਰ ਆਉਣੇ ਰੱਖੀ ਅਣਖ ਪੰਜਾਬ ਦੀ ਆਉਣੇ ਰੱਖੀ ਅਣਖ ਪੰਜਾਬ ਦੀ ਛੀਣੀ ਦਾ ਚੇ ਜਵਾਨੀ ਚਿੱਤ ਤੂੰ ਪੈਣ ਦੀ ਸੋਚ ਕੇ ਇੱਜ਼ਤ ਧੀ ਭੈਣ ਦੀ ਸੋਚ ਕੇ ਬਣਿਆ ਦੁਸ਼ਮਣ ਲਈ ਤਲਵਾਰ ਇੱਜ਼ਤ ਧੀ ਭੈਣ ਦੀ ਸੋਚ ਕੇ ਬਣਿਆ ਦੁਸ਼ਮਣ ਲਈ ਤਲਵਾਰ ਹੋਣੇ ਕਾਪੀ ਵਿੱਚ ਫਿੱਟ ਕਰ ਲਿਆ ਉਹਨੇ ਕਾਪੀ ਵਿੱਚ ਫਿੱਟ ਕਰ ਲਿਆ ਹੋ ਆਪਣਾ ਨਾਨ ਤਿਆਰ। ਅੱਜ ਮੈਂ ਗੱਲ ਕਰਨ ਲੱਗਿਆ ਕਿਸਾਨ ਯੂਨੀਅਨ ਅਗਰਾਹ ਦੇ ਜਿਹੜੇ ਕਾਰਗੁਜ਼ਾਰ ਲੀਡਰ ਨੇ ਉਹਨਾਂ ਦੇ ਨਾਲ ਤੁਹਾਡੇ ਵਿਚਾਰ ਮੈਂ ਜਿਹੜੇ ਕਰਵਾਵਾਂਗਾ। ਸਭ ਤੋਂ ਪਹਿਲਾਂ ਨੇ ਸਾਰੇ ਨਛੱਤਰ ਸਿੰਘ ਜੀ ਮੀਤ ਪ੍ਰਧਾਨ ਬਲਾਕ ਕਮੇਟੀ ਸਭ ਸੋ ਨਛੱਤਰ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ। ਉਧਰੋਂ ਨਰਮੇ ਦੇ ਵਿੱਚ ਖੱਜਲ ਖਰਾਬ ਹੋ ਰਹੇ ਨੇ
ਜਰਮਨ।